ਅੰਮ੍ਰਿਤਸਰ ਦੇ ਇਲਾਕਾ ਵੇਰਕਾ ਅਤੇ ਦੀਨ ਦਿਆਲ ਕਲੋਨੀ 'ਤੇ ਸਥਾਪਿਤ ਧੰਨ ਧੰਨ ਬਾਬਾ ਦੀਨ ਦਿਆਲ ਜੀ ਦਾ 63ਵਾਂ ਸਾਲਾਨਾ ਜੋੜ ਮੇਲਾ ਗੁਰਦੁਆਰਾ ਕਮੇਟੀ ਦੇ ਸੇਵਾ ਸੰਭਾਲ ਰਜਿਸਟਰ ਕਮੇਟੀ ਦੇ ਵੱਲੋਂ ਬੜੀ ਸ਼ਰਧਾ ਭਾਵਨਾ ਅਤੇ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਦੂਰ ਦੂਰ ਤੋਂ ਆਈਆਂ ਹੋਈਆਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿੱਚ ਹਾਜ਼ਰੀ ਭਰੀ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਬਾਬਾ ਜੀ ਦੇ ਜੀਵਨ 'ਤੇ ਰੋਸ਼ਨੀ ਪਾਈ ਗਈ ਅਤੇ ਆਈਆਂ ਹੋਈਆਂ ਸੰਗਤਾਂ ਵਾਸਤੇ ਲੰਗਰ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਵੇਰਕਾ ਦੇ ਸਮਾਜ ਸੇਵਕ ਕਰਨ ਵੇਰਕਾ ਨੇ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਸਮੂਹ ਦੇਸ਼ ਵਾਸੀਆਂ ਨੂੰ ਬਾਬਾ ਜੀ ਦੇ ਸਾਲਾਨੇ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਸ਼ਾਮ ਨੂੰ ਕਬੱਡੀ ਦੇ ਮੈਚ ਕਰਵਾਏ ਗਏ ਅਤੇ ਡਾਢੀ ਜੱਥਿਆਂ ਵਾਲਾ ਵੱਲੋਂ ਆਪਣੇ ਕੀਰਤਨ ਜਸ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕੀਤਾ। ਅੰਮ੍ਰਿਤਸਰ ਖਬਰ ਆਜ ਤੱਕ ਤੋਂ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ। ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਰਨ ਵੇਰਕਾ ਜੀ, ਆਮ ਆਦਮੀ ਪਾਰਟੀ ਲੀਡਰ। ਅੱਜ ਵੇਰਕੇ ਦੇ ਵਿੱਚ ਵਾਰਡ ਨੰਬਰ 18 ਹਲਕਾ ਈਸਟ ਦੀਨ ਦਿਆਲ, ਜੋ ਕਿ ਅੱਜ ਸਾਰੀ ਸਾਧ ਸੰਗਤ ਨੂੰ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ, ਦੀਨ ਦਿਆਲ ਮੇਲੇ ਦੀਆਂ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ। ਆਸ ਕਰਦੇ ਹਾਂ ਹਰ ਸਾਲ ਇੱਦਾਂ ਹੀ ਵਧੀਆ ਤਰੀਕੇ ਨਾਲ ਇਹ ਮੇਲਾ ਸੰਗਤਾਂ ਵੱਲੋਂ ਵਧੀਆ ਤਰੀਕੇ ਨਾਲ ਕਰਵਾਇਆ ਜਾਂਦਾ ਵਾ। ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਆਮ ਆਦਮੀ ਪਾਰਟੀ ਵੱਲੋਂ ਇਸ ਮੇਲੇ ਲਈ ਜੋ ਵੀ ਕੰਮ ਸਾਨੂੰ ਸੰਗਤ ਦੱਸੂਗੀ, ਉਹ ਜ਼ਰੂਰ ਪਾਰਟੀ ਵੱਲੋਂ ਇੱਥੇ ਕਰਵਾਏ ਜਾਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੈਸੇਜ ਅੱਜ ਕੱਲ੍ਹ ਦੀ ਯੂਥ ਨੂੰ ਤੁਸੀਂ ਆਪਣੇ ਵੱਲੋਂ? ਯੂਥ ਨੂੰ ਤਾਂ ਇਹੀ ਮੈਸੇਜ ਦਿੰਦੇ ਹਾਂ ਕਿ ਨਸ਼ੇ ਨੂੰ ਛੱਡੋ, ਨਸ਼ੇ ਨੂੰ ਛੱਡੋ ਅਤੇ ਵਧੀਆ ਤਰੀਕੇ ਗੇਮਸ ਦੇ ਵਿੱਚ ਆ ਕੇ ਆਪਣਾ ਮਾਂ ਪਿਓ ਦਾ ਨਾਮ ਰੋਸ਼ਨ ਕਰੋ। ਖਾਸ ਕਰਕੇ ਸਾਡੇ ਜੋ MLA ਆ ਈਸਟ ਹਲਕੇ ਦੇ, MLA ਜੀਵਨਜੋਤ ਕੌਰ ਮੈਮ, ਵੇਰਕੇ ਦੇ ਵਿੱਚ ਆਊਟਡੋਰ ਸਟੇਡੀਅਮ ਉਹ ਸੋਚ ਰਹੇ ਨੇ ਵੇਰਕੇ ਦੇ ਵਿੱਚ ਲਿਆਉਣ ਲਈ, ਕਿਉਂਕਿ ਜਿਹੜਾ ਯੂਥ ਆ ਉਹ ਨਸ਼ਿਆਂ ਤੋਂ ਬਚ ਸਕੇ ਅਤੇ ਗੇਮਸ ਵੱਲ ਧਿਆਨ ਲਗਾ ਸਕੇ। ਅਤੇ MLA ਸਾਹਿਬ ਅੱਜ ਆਉਣਾ ਸੀ ਪਰ ਉਹਨਾਂ ਨੇ ਡਿਊਟੀ ਲਾਈ ਆ, ਇਸ ਕਰਕੇ ਅੱਜ ਇਹ ਡਿਊਟੀ ਨਿਭਾ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਿੰਦਾ ਵੇਰਕਾ ਜੀ, ਆਮ ਆਦਮੀ ਪਾਰਟੀ ਵਰਗੀਅਰ। ਅਸੀਂ ਧੰਨ ਧੰਨ ਬਾਬਾ ਦੀਨ ਦਿਆਲ ਦੇ ਸਾਲਾਨਾ ਜੋੜ ਮੇਲੇ ਦੀਆਂ ਬਹੁਤ ਬਹੁਤ ਵਧਾਈਆਂ ਸਾਹਿਬ ਸਾਰੇ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਸੀਂ ਵੇਰਕੇ ਤੋਂ ਬਾਬਾ ਦੀਨ ਦਿਆਲ ਸੇਵਾ ਸੰਭਾਲ ਕਮੇਟੀ ਦੇ ਮੈਂਬਰ ਸਾਹਿਬ, ਸਾਰੇ ਮੈਂਬਰ ਵੀਰ, ਪ੍ਰਧਾਨ ਸਾਹਿਬ ਬਲਦੇਵ ਸਿੰਘ ਜੀ ਔਰ ਸਾਰੀ ਸਮੂਹ ਸਾਧ ਸੰਗਤ ਵੇਰਕਾ, ਅਸੀਂ 63ਵਾਂ ਬਾਬਾ ਜੀ ਦਾ ਮੇਲਾ, ਸਲਾਨਾ ਜੋੜ ਮੇਲਾ ਮਨਾ ਰਹੇ ਹਾਂ। ਸਾਰੀ ਸੰਗਤ ਦੇ ਸਹਿਯੋਗ ਨਾਲ ਢਾਡੀ ਜਥੇ ਵਿਖਰੀ ਸਾਰੇ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਔਰ ਸਾਡੇ ਨਾਲ ਬੜੀ ਧੂਮਧਾਮ ਦੇ ਨਾਲ ਕਬੱਡੀਆਂ ਵੀ ਹੋਣੀਆਂ ਨੇ ਸ਼ਾਮ ਨੂੰ ਅਤੇ ਬੜੀ ਸ਼ਰਧਾ ਦੇ ਨਾਲ ਸਭ ਸੰਗਤਾਂ ਮੇਲਾ ਮਨਾ ਰਹੀਆਂ। ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਹੈ, ਸਾਰੇ ਜਿੰਨੇ ਵੀ ਸਾਡੇ ਨਾਲ ਸਹਿਯੋਗ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ ਸਭ ਦਾ ਜੀ। ਜੀ ਤੋਂ ਪਹਿਲਾਂ ਖੰਡ ਪਾਠ ਸਾਹਿਬ ਦੇ 5 ਖੰਡ ਪਾਠ ਸਾਹਿਬ ਧਰਾਏ ਸੀ, ਉਹਨਾਂ ਦੇ ਭੋਗ ਪਏ ਨੇ, ਭੋਗ ਤੋਂ ਉਪਰੰਤ ਦੀਵਾਨ ਸੱਜੇ ਨੇ, ਹੁਣ ਦੀਵਾਨਾਂ ਤੋਂ ਬਾਅਦ ਘੋਲ ਕਬੱਡੀ ਹੋਣਗੇ, ਲੰਗਰ ਚੱਲ ਰਹੇ ਨੇ ਗੁਰੂ ਘਰ ਦੇ ਥੱਲੇ ਅਤੇ ਉਸ ਤੋਂ ਬਾਅਦ ਕਬੱਡੀ ਹੋਏਗੀ। ਇਹ 63ਵਾਂ ਮੇਲਾ ਜੀ, ਮੇਲਾ 3 ਦਿਨ ਚੱਲਦਾ ਰਹਿੰਦਾ ਜੀ, ਮਤਲਬ ਪਹਿਲੇ ਐਤਵਾਰ ਚੱਲਦਾ, ਚੇਤ ਦੇ ਪਹਿਲੇ ਐਤਵਾਰ ਅਸੀਂ ਮੇਲਾ ਕਰਾਉਂਦੇ ਹਾਂ। 12 ਵਜੇ ਸੰਗਤ ਆਉਂਦੀ, ਬਹੁਤ ਜੀ ਬਹੁਤ ਸੰਗਤ ਆਉਂਦੀ 12 ਵਜੇ। ਹਾਂਜੀ, ਬਾਬਾ ਦੀਨ ਦਿਆਲ ਜੀ ਨੇ ਬੰਦਗੀ ਕੀਤੀ ਹੈ ਜੀ, ਮਤਲਬ ਉਹਨਾਂ ਦਾ ਸਲਾਨਾ ਜੋੜ ਮੇਲਾ ਮਨਾਉਂਦੇ ਆ ਰਹੇ। ਹਾਂਜੀ, ਤਪ ਸਥਾਨ ਹੈ ਬਾਬਾ ਦੀਨ ਦਿਆਲ ਜੀ ਦਾ, ਉਹਦੇ ਸੰਬੰਧ 'ਚ ਅਸੀਂ ਹਰ ਸਾਲ ਮੇਲਾ ਮਨਾਉਂਦੇ ਹਾਂ। ਹਾਂਜੀ, ਇਸ ਤਰ੍ਹਾਂ ਯੂਥ ਨੂੰ ਮੈਸੇਜ ਇਹੀ ਆ ਕਿ ਚਲੋ ਮੇਲਿਆਂ ਦੇ ਵਿੱਚ ਆਓਗੇ ਅਤੇ ਲੋਕਾਂ ਨੂੰ, ਸੰਗਤ ਨੂੰ ਕੋਈ ਲੱਭੇਗਾ, ਚੰਗੀ ਸਿਹਤ ਮਿਲੇਗੀ ਅਤੇ ਕੁਛ ਸਿਹਤਾਂ ਵੀ ਚੰਗੀਆਂ ਰਹਿਣਗੀਆਂ ਅਤੇ ਨਸ਼ਿਆਂ ਪੱਤਿਆਂ ਤੋਂ ਬਚਣਗੇ ਲੋਕ, ਇਹਦੇ ਵਾਸਤੇ ਪ੍ਰੇਰਨਾ ਹੀ ਆ ਸੰਗਤ ਨੂੰ। ਹਰੀ ਨੂੰ ਨਸ਼ੇ ਪੱਤੇ 'ਤੇ ਬਹੁਤ ਯੂਥ ਪੈ ਗਿਆ, ਲੇਕਿਨ ਯੂਥ ਨੂੰ ਚਾਹੀਦਾ ਕਿ ਮਤਲਬ ਸੰਗਤਾਂ ਕਰਨ ਅਤੇ ਉਹਦੇ ਸੰਬੰਧ ਵਿੱਚ ਜੋ ਸੰਗਤਾਂ ਹੋਣਗੀਆਂ ਅਤੇ ਆਪੇ ਉਹਨਾਂ ਨੂੰ ਕੋਈ ਸਿਹਤ ਚੰਗੀ ਮਿਲੇਗੀ ਅਤੇ ਪਰਮਾਤਮਾ ਕਿਰਪਾ ਕਰੇ ਉਹਨਾਂ ਦੇ ਬਾਲ ਬੱਚਿਆਂ 'ਤੇ, ਮਾਂ ਮਿਹਰ ਕਰੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਚੰਗੇ ਬਣੇ ਲਾਵੇ। ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਸਿੰਘ, ਮੈਂ ਵੀ ਇੱਥੇ ਸੇਵਾਦਾਰ ਕਰਦਾ ਹਾਂ ਅਤੇ ਸਾਡੇ ਜਿਹੜਾ ਮੇਲਾ ਹੈ ਬਾਬਾ ਦੀਨ ਦਿਆਲ ਜੀ ਦੇ ਨਾਂ 'ਤੇ ਹਰ ਸਾਲ ਮਨਾਇਆ ਜਾਂਦਾ ਹੈ। ਬਾਬਾ ਦੀਨ ਦਿਆਲ ਜੀ ਇੱਥੋਂ ਹੀ ਰਾਮਗੜੀਆ ਬਰਾਦਰੀ ਸੰਬੰਧ ਰੱਖਦੇ ਸਨ ਅਤੇ ਛੋਟੀ ਉਮਰ ਤੋਂ ਇਹਨਾਂ ਦਾ ਰੱਬ ਨਾਲ ਭਗਤੀ ਨਾਲ ਮਤਲਬ ਪਿਆਰ ਸੀਗਾ। ਇਹਨਾਂ ਨੇ ਉਹਨਾਂ ਦਿਨਾਂ 'ਚ ਦੱਸਦੇ ਹਨ ਕਿ MA ਕੀਤੀ ਹੋਈ ਸੀ ਅਤੇ ਇੰਜੀਨੀਅਰ ਦੀ ਸਰਵਿਸ ਕਰ ਰਹੇ ਸਨ। ਘਰਦਿਆਂ ਨੇ ਇਹਨਾਂ ਨੂੰ ਸ਼ਾਦੀ ਵਾਸਤੇ ਕਹਿਣ ਦੀ ਵਿਚਾਰ ਕੀਤੀ, ਪਰ ਇਹਨਾਂ ਨੇ ਫਿਰ ਸਰਵਿਸ ਵੀ ਵਿੱਚੇ ਛੱਡ ਦਿੱਤੀ ਅਤੇ ਸਾਰਾ ਘਰ ਬਾਰ ਛੱਡ ਕੇ ਬਾਹਰ ਬੰਦਗੀ 'ਤੇ ਚਲੇ ਗਏ। 12 ਸਾਲ ਬਾਅਦ ਇਹ ਬੰਦਗੀ ਕਰਕੇ 12 ਸਾਲ ਬਾਅਦ ਫਿਰ ਵੇਰਕੇ ਵਿੱਚ ਆ ਗਏ। ਇੱਥੇ ਇੱਕ ਛੋਟਾ ਜਿਹਾ ਕੋਠਾ ਹੁੰਦਾ ਸੀ, ਇਹਦੇ ਵਿੱਚ ਆ ਕੇ ਰਹਿਣ ਲੱਗ ਪਏ। ਇਸ ਤੋਂ ਬਾਅਦ ਮੁੜ ਕੇ ਸੰਸਥਾ ਹੋਣ ਲੱਗ ਪਈ। ਇਹਨਾਂ ਨੂੰ ਹੁਣ 60 ਸਾਲ ਹੋ ਗਏ ਸਮਾਇਆਂ ਨੂੰ। ਉਸ ਤੋਂ ਬਾਅਦ ਪਹਿਲਾਂ ਤਾਂ ਬਿਲਕੁਲ ਛੋਟਾ ਜਿਹਾ ਮੇਲਾ ਲੱਗਦਾ ਸੀ, ਹੁਣ ਜਿੱਦਣ ਤੋਂ ਅਖੰਡ ਪਾਠ ਸ਼ੁਰੂ ਹੋ ਜਾਂਦੇ ਨੇ ਉਸੇ ਦਿਨ ਤੋਂ ਮੇਲਾ ਸ਼ੁਰੂ ਹੋ ਜਾਂਦਾ ਹੈ। ਇਸ ਸਾਲ ਵੀ 5 ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ ਸਵੇਰੇ, ਹੁਣ ਉਸ ਤੋਂ ਬਾਅਦ ਦੀਵਾਨ ਚੱਲ ਰਹੇ ਨੇ, ਲੰਗਰ ਚੱਲ ਰਿਹਾ ਹੈ, 3 ਦਿਨ ਚੱਲਦਾ ਰਹਿੰਦਾ ਹੈ। ਹੁਣ ਉਸ ਤੋਂ ਬਾਅਦ ਦੀਵਾਨ ਦੀ ਸਮਾਪਤੀ ਤੋਂ ਬਾਅਦ ਪਿੰਡ ਗਰਾਊਂਡ ਦੇ ਵਿੱਚ ਘੋਲ ਕਬੱਡੀ ਹੋਵੇਗੀ, ਕਬੱਡੀ ਦੀਆਂ ਟੀਮਾਂ ਆਉਣਗੀਆਂ, ਰੱਸਾ ਕਸ਼ੀ ਹੋਵੇਗੀ, ਉਸ ਤੋਂ ਬਾਅਦ ਸਮਾਪਤੀ ਹੋਵੇਗੀ।